ਖਬਰ ਗੁਰਦਾਸਪੁਰ ਤੋਂ, ਜਿੱਥੋਂ ਇੱਕ ਖੌਫਨਾਕ ਤਸਵੀਰ ਸਾਹਮਣੇ ਆਈ। ਇੱਕ ਰਿਟਾਇਰਡ BSF ਸਬ ਇੰਸਪੈਕਟਰ ਦੇ ਘਰ ਤੇ ਪੈਟਰੋਲ ਬੰਬ ਸਿੱਟਿਆ ਗਿਆ। ਹਮਲੇ ਦੀ ਵਾਰਦਾਤ CCTV ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ। CCTV ਵੀਡੀਓ 'ਚ ਦਿਖਾਈ ਦੇ ਰਿਹਾ ਕਿ ਇੱਕ ਘਰ ਦੇ ਬਾਹਰ ਹਲਕੀ ਜਿਹੀ ਰੋਸ਼ਨੀ ਹੁੰਦੀ ਹੈ। ਕੁਝ ਸੈਕਿੰਡਾਂ 'ਚ ਇਹ ਰੋਸ਼ਨੀ ਘਰ ਦੇ ਅੰਦਰ ਬਾਉਂਡਰੀ 'ਚ ਆ ਜਾਂਦੀ ਹੈ। ਤੇਜ਼ ਰੋਸ਼ਨੀ ਦੇ ਨਾਲ ਘਰ 'ਚ ਅੱਗ ਦਾ ਗੋਲਾ ਭੜਕ ਉੱਠਦਾ ਹੈ। ਕਰੀਬ 30 ਸੈਕਿੰਡ ਤੱਕ ਇਹ ਰੋਸ਼ਨੀ ਇੱਦਾਂ ਹੀ ਜਗਦੀ ਰਹਿੰਦੀ ਹੈ। ਆਵਾਜ਼ ਸੁਣ ਕੇ ਘਰ ਦੇ ਮੈਂਬਰ ਬਾਹਰ ਆਉਂਦੇ ਨੇ ਤਾਂ ਦੇਖਦੇ ਨੇ ਕਿ ਉਹਨਾਂ ਦੇ ਘਰ 'ਚ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ। ਬਾਹਰੋਂ ਮੈਨੂੰ ਸਾਊਂਡ ਸੁਣਿਆ, ਅੱਗ ਦੀ ਲਪਟ ਜਦੋਂ ਮੈਂ ਵੇਖੀ ਨਾ, ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਬ ਸੁੱਟੇ ਸੀ ਬੰਦਿਆਂ ਨੇ। ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ, ਰਾਤ ਹੋਣ ਕਰਕੇ ਮੂੰਹ ਢੱਕੇ ਸੀ ਉਹਨਾਂ ਨੇ। ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ, ਸਵੇਰ ਵੀ ਪੁਲਿਸ ਆਈ ਆ, ਫੋਰੈਂਸਿਕ ਲੈਬ ਵਾਲੀ ਆਏ। ਅਤੇ ਸਾਡੀ ਤਾਂ ਇਹੀ ਆ ਹੁਣ ਮੰਗ ਆ ਵੀ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ। ਹਾਲਾਂਕਿ ਇਸ ਪੈਟਰੋਲ ਬੰਬ ਦੇ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ, ਪਰ ਇਹ ਹਮਲਾ ਕਿਉਂ ਹੋਇਆ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਜਾਣਕਾਰੀ ਦੇ ਮੁਤਾਬਕ ਇਸ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਹੈ, ਨਾ ਹੀ ਇਹਨਾਂ ਦਾ ਕਿਸੇ ਨਾਲ ਕੋਈ ਬਕਾਇਆ ਹੈ। ਅਜਿਹੇ 'ਚ ਹਮਲਾ ਕਰਨ ਵਾਲੇ ਕੌਣ ਨੇ, ਇਹ ਵੱਡਾ ਸਵਾਲ ਹੈ। ਤਾਂ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ CCTV ਫੁਟੇਜ ਦੀ ਆਧਾਰ 'ਤੇ ਜਾਂਚ ਕਰ ਰਹੀ ਹੈ ਅਤੇ ਵੈਰੀਫਾਈ ਕਰ ਰਹੇ ਹਾਂ। ਕੰਪਲੇਂਟ ਆ ਗਈ ਹੈ ਅਤੇ ਕੰਪਲੇਂਟ ਦੇ ਮੁਤਾਬਕ ਕਾਰਵਾਈ ਕਰ ਦਿੰਦੇ ਹੈਗੇ। CCTV ਨਾਲ ਦੇ ਘਰ ਤੋਂ ਥੋੜ੍ਹਾ ਜਿਹਾ ਸਾਹਮਣੇ ਆਏ, ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ। ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ, ਅਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਵੀ 3 ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ। ਜਿਨ੍ਹਾਂ ਦੇ ਘਰ 'ਚ ਇਹ ਹਮਲਾ ਹੋਇਆ ਉਹ BSF ਦੇ ਰਿਟਾਇਰਡ ਸਬ ਇੰਸਪੈਕਟਰ ਨੇ। ਉਹਨਾਂ ਦੇ ਘਰ 'ਚ ਵਿਆਹ ਸੀ, ਜਿਸ 'ਚ ਸ਼ਾਮਲ ਹੋਣ ਦੇ ਲਈ ਉਹਨਾਂ ਦੇ ਬੱਚੇ ਵਿਦੇਸ਼ ਤੋਂ ਆਏ ਸੀ। ਬੀਤੀ ਰਾਤ ਜਦ ਸਾਰੇ ਲੋਕ ਬਾਹਰ ਤੋਂ ਸੈਰ ਕਰਕੇ ਘਰ ਆਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ 'ਚ ਹਮਲਾ ਕੀਤਾ ਗਿਆ। ਇਹ ਹਮਲਾ 3 ਲੋਕਾਂ ਦੇ ਵੱਲੋਂ ਕੀਤਾ ਗਿਆ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਆਏ ਦਿਨ ਐਸੀਆਂ ਖਬਰਾਂ ਆਉਂਦੀਆਂ ਨੇ ਜਦੋਂ ਮਾਮੂਲੀ ਗੱਲ ਵੱਡੀ ਵਾਰਦਾਤ ਤੱਕ ਪਹੁੰਚ ਜਾਂਦੀ ਹੈ। ਹੁਣ ਤਰਨ ਤਾਰਨ ਤੋਂ ਇੱਕ ਖਬਰ ਆਈ ਹੈ ਜਿੱਥੇ ਪਿੰਡ ਸੰਭਰਾ 'ਚ ਮਹਿਜ਼ ਬੀੜੀ ਪੀਣ ਨੂੰ ਲੈ ਕੇ ਹੋਇਆ ਇੱਕ ਵਿਵਾਦ ਇੱਕ ਕਤਲ ਤੱਕ ਪਹੁੰਚ ਗਿਆ। ਸੜਕਤੀ ਪਈ ਏ ਲਾਸ਼ ਤੇ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ। ਸ਼ਰੇਆਮ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਹ ਤਰਨ ਤਾਰਨ ਦਾ ਪਿੰਡ ਸਾਂਬਰਾ ਜਿੱਥੇ ਬੀੜੀ ਪੀਣ ਨੂੰ ਲੈ ਕੇ ਇਸ ਸ਼ਖਸ ਦਾ ਕਤਲ ਕੀਤਾ ਗਿਆ। ਜ਼ਾਲਮ ਸ਼ਖਸ ਨੇ ਤੇਜ਼ ਧਾਰ ਹਥਿਆਰ ਦੇ ਨਾਲ ਵਾਰ ਕਰਕੇ ਬੀੜੀ ਪੀਣ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਤਾਂ ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਦੇ ਰੂਪ 'ਚ ਹੋਈ ਹੈ, ਜੋ 36 ਸਾਲ ਦਾ ਹੈ। ਤਾਂ ਕਾਤਲ ਸੁਖਚੈਨ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ। ਬੂਹੇ ਅੱਗੇ ਬੈਠਾ ਹਾਂ ਤੇ ਬੂਹੇ ਅੱਗੇ ਆ ਕੇ ਤੇ ਬੀੜੀ ਪੀਣ ਲੱਗ ਪਿਆ। ਇਹਨੂੰ ਆਖਿਆ ਬਈ ਪਾਸੇ ਹੋ ਜਾ, ਜੋ ਇਹਨਾਂ ਬੀੜੀ ਨਾ ਪੀ ਲੱਗ ਗਏ। ਇਹਨੇ ਆਖਿਆ ਤੂੰ ਭੈਣ ਹੀ ਆਉਣੀ ਆ, ਆਖਿਆ ਮੁੜ ਕੇ ਆਖਿਆ ਸਾ ਕਰਨਾ ਹੀ, ਦੁਬਾਰਾ ਆਖਿਆ ਸਾ ਕਰਨਾ ਹੀ, ਫਿਰ ਮੇਰੇ ਤੋਂ ਗੁੱਸਾ ਨਹੀਂ ਬਰਦਾਸ਼ਤ ਹੋਇਆ। ਕਤਲ ਦੀ ਖਬਰ ਸੁਣ ਕੇ ਪਿੰਡ 'ਚ ਸਹਿਮ ਦਾ ਮਾਹੌਲ ਹੈ ਤੇ ਮੁਲਜ਼ਮ ਦੇ ਘਰ ਦੇ ਬਾਹਰ ਹੰਗਾਮਾ ਹੋਇਆ। ਸਥਾਨਕ ਵਾਸੀਆਂ ਨੇ ਮੁਲਜ਼ਮ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜੀ ਤੜਕੇ ਅੱਜ ਤੜਕੇ ਵੀਰ ਲੰਘਿਆ ਵਾ ਗਲੀ ਦੇ ਵਿੱਚੋਂ, ਸ਼ਰੇਆਮ ਕਿਰਪਾਨਾਂ ਨਾਲ ਵਿਨ ਘੱਤਿਆ ਜੀ, 3 ਵਾਰ ਕੀਤੇ ਆ ਢਿੱਡ ਦੇ ਵਿੱਚ ਵੀਰ ਦੇ, ਅਤੇ ਗਰੀਬ ਬੰਦਾ ਵਾ। ਅਸੀਂ ਸਾਰੇ ਪਿੰਡ ਨਿਵਾਸੀ ਇਹ ਮੰਗ ਕਰਦੇ ਹਾਂ ਕਿ ਜਿਸ ਨੇ ਕਤਲ ਕੀਤਾ ਵਾ ਵੱਧ ਤੋਂ ਵੱਧ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਜਾਵੇ।
ਗੱਲਬਾਤ ਕੋਈ ਨਹੀਂ, ਅਸੀਂ ਪਿੱਛੋਂ ਆਉਣ ਡੇ ਹਾਂ ਤੇ ਮਾੜਾ ਉਹਨੇ ਪਤਾ ਨਹੀਂ ਕੋਈ ਵਿਚਾਰੇ ਨੇ ਕਿਹਾ ਕਿ ਨਹੀਂ ਕਿਹਾ ਤੇ ਇਹਨੇ ਭਾਊੜੋ ਦੇ ਕਿਰਪਾਨ ਮਾਰਤੀ। ਇੱਥੇ 20 ਬੰਦੇ ਇਹਨਾਂ ਦੇ ਹੁੰਦਿਆਂ ਮਾਰੀ ਆ, ਮਾਰ ਕੇ ਖਲੋਤਾ ਰਿਹਾ ਵਾ, ਇਕੱਲੇ ਬੰਦੇ ਨੇ ਮਾਰੀ ਆ ਤੇ ਇਹ ਵੀ ਇਕੱਲਾ ਸੀ ਵਿਚਾਰਾ, ਇਹ ਖਾਲੀ ਹੱਥੀ ਸੀ ਉਹਦੇ ਕੋਲ ਕਿਰਪਾਨ। ਸੂਚਨਾ ਮਿਲਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮੁਲਜ਼ਮ ਸੁਖਚੈਨ ਸਿੰਘ ਨੂੰ ਆਪਣੀ ਗ੍ਰਿਫਤ 'ਚ ਲੈ ਲਿਆ। ਇਹ ਵੇਖੋ ਜੀ, ਸਗਰਾਜ ਸਿੰਘ ਕਾਲੂ ਪੁੱਤਰ ਅਮਰੀਕ ਸਿੰਘ ਆ, ਪਤੀ ਮਲਕਾ ਦੀ ਸਭਰਾ, ਉਮਰੇ ਦੀ ਕਰੀਬ 38-40 ਸਾਲ ਹੈ। ਇਹ ਇਹਨੂੰ ਮਤਲਬ ਕਿਰਪਾਨ ਮਾਰ ਕੇ ਮਾਰਿਆ ਸੁਖਚੈਨ ਸਿੰਘ ਆ ਪੁੱਤਰ ਮਹਿੰਦਰ ਸਿੰਘ, ਉਹਦੀ ਉਮਰ 65 ਸਾਲ ਹੈ ਜੀ। ਉਹਨੇ ਆਪਣੇ ਕਿਰਪਾਨ ਮਤਲਬ ਮਾਰੀ ਹੈ ਜੇ ਸਗਰਾਜ ਕਾਲੂ ਦੇ ਇਹਦੀ ਮੌਕੇ ਡੈਥ ਹੋ ਗਈ ਆ, ਅਤੇ ਜਿਹੜਾ ਮੁਜਰਮ ਹੈ ਸੁਖਚੈਨ ਸਿੰਘ ਆ ਕੇ ਮੌਕੇ 'ਤੇ ਫੜ ਲਿਆ ਜੀ, ਕਿਰਪਾਨ ਮਤਲਬ ਬਰਾਮਦ ਕਰ ਲਈ। ਮ੍ਰਿਤਕ ਦਾ ਪਰਿਵਾਰ ਸਦਮੇ 'ਚ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ। ਇੱਥੇ ਬੀ ਡੀ ਪੀ ਨੂੰ ਰੋਕਣ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਅੱਜ ਬੀ ਡੀ ਪੀਨ ਵਾਲੇ ਸ਼ਖਸ ਦਾ ਇੱਕ ਵਿਅਕਤੀ ਵੱਲੋਂ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ, ਔਰ ਉਸ ਵਿਅਕਤੀ ਨੇ ਜਿਹੜਾ ਹੈ ਆਪਣਾ ਗੁਨਾਹ ਵੀ ਜਿਹੜਾ ਮੀਡੀਆ ਸਾਹਮਣੇ ਕਬੂਲ ਕੀਤਾ ਕਿ ਮੈਂ ਉਸਦਾ ਕਤਲ ਜਿਹੜਾ ਬੀ ਡੀ ਪੀ ਨੂੰ ਲੈ ਕੇ ਹੋਇਆ ਸੀ ਵਿਵਾਦ, ਔਰ ਬੀ ਡੀ ਓ ਪੀ ਰਿਹਾ ਸ਼ਖਸ ਸੀ ਜਿਸ ਨੂੰ ਰੋਕਿਆ ਗਿਆ, ਲੇਕਿਨ ਉਹ ਨਹੀਂ ਰੁਕਿਆ ਤਾਂ ਅੱਜ ਉਸ ਵੱਲੋਂ ਜਿਹੜਾ ਹੈ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਿਹੜੀ ਹੈ ਜਾਂਚ ਬਰੀਕੀ ਦੇ ਨਾਲ ਸ਼ੁਰੂ ਕਰ ਦਿੱਤੀ ਹੈ, ਔਰ ਆਰੋਪੀ ਨੂੰ ਜਿਹੜਾ ਹੈ ਦੱਸਿਆ ਜਾ ਰਿਹਾ ਕਿ ਫੜ ਵੀ ਲਿਆ ਗਿਆ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਤੇ ਪੁਲਿਸ ਪ੍ਰਸ਼ਾਸਨ ਦੀ ਲੱਖ ਸਖਤੀ ਦੇ ਬਾਵਜੂਦ ਚਾਈਨਾ ਡੋਰ ਦਾ ਕਹਿਰ ਲਗਾਤਾਰ ਬਰਸ ਰਿਹਾ। ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸਮਰਾਲਾ ਦਾ ਹੈ, ਜਿੱਥੇ ਦਵਾਈ ਲੈ ਕੇ ਕਟਾਣੀ ਤੋਂ ਸਮਰਾਲਾ ਪਰਤ ਰਹੀ ਇੱਕ ਬਜ਼ੁਰਗ ਮਹਿਲਾ ਚਾਈਨਾ ਡੋਰ ਦੀ ਚਪੇਟ 'ਚ ਆ ਗਈ ਅਤੇ ਉਸ 'ਚ ਫਸ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹਾਦਸੇ 'ਚ ਮਹਿਲਾ ਦਾ ਪੈਰ ਗੰਭੀਰ ਜ਼ਖਮੀ ਹੋ ਗਿਆ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਸਦੇ ਪੈਰ ਤੋਂ ਬੇਹੱਦ ਖੂਨ ਨਿਕਲ ਰਿਹਾ। ਹੈਰਾਨੀ ਦੀ ਗੱਲ ਹੈ ਕਿ ਮਹਿਲਾ ਦੇ ਪੈਰਾਂ ਦੀ ਜੁੱਤੀ ਨੂੰ ਕੱਟਦੀ ਹੋਈ ਚਾਈਨਾ ਡੋਰ ਨੇ ਉਸਦੇ ਪੈਰ ਨੂੰ ਕੱਟਿਆ, ਔਰ ਪੈਰ 'ਚ ਡੂੰਘਾ ਜ਼ਖਮ ਹੋ ਗਿਆ, ਜਿਸ ਨਾਲ ਕਾਫੀ ਦੇਰ ਤੱਕ ਉਸਦਾ ਖੂਨ ਵਗਦਾ ਰਿਹਾ, ਔਰ ਗੰਭੀਰ ਜ਼ਖਮੀ ਹਾਲਤ 'ਚ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਨੂੰ ਖੂਨ ਰੋਕਣ ਦੇ ਲਈ 8 ਟਾਂਕੇ ਲਗਾਉਣੇ ਪਏ। ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਉੱਥੇ ਹੀ ਪੁਲਿਸ ਨੇ ਟੋਲ ਪਲਾਜ਼ਾ ਦੇ ਨੇੜੇ ਉਹਨਾਂ ਦੁਕਾਨਦਾਰਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ ਜਿੱਥੇ ਚਾਈਨਾ ਡੋਰ ਵੇਚੀ ਜਾਂਦੀ ਹੈ। ਹੋਇਆ ਰਸਤੇ 'ਚ ਆ ਰਿਹਾ ਸੀ, ਰੋਇਲ ਕੈਸਲੇ ਕੋਲ ਜਿਹੜੀ ਡੋਰ ਹੈ ਉਹ ਇਹਨਾਂ ਦੇ ਪੈਰਾਂ 'ਚ ਲਿਫਟ ਗਈ, ਲਿਫਟ ਕਰਕੇ ਉਹਨੇ ਕਾਫੀ ਮਤਲਬ ਨੁਕਸਾਨ ਪਿਆ। ਕਿੱਥੋਂ ਕਿੱਥੇ ਜਾ ਰਹੇ ਸੀਗੇ? ਇਹ ਕਟਾਣੀ ਤੋਂ ਸਮਰਾਲੇ ਨੂੰ ਆ ਰਹੇ ਸੀਗੇ। ਰਹਿੰਦੇ ਕਿੱਥੇ ਨੇ? ਰਹਿੰਦੇ ਸਮਰਾਲੇ ਜਾਂ ਦਰਸ਼ ਨਗਰ 'ਚ। ਕਿੰਨੀ ਕੁ ਉਮਰ ਹੈ ਇਹਨਾਂ ਦੀ? ਇਹਨਾਂ ਦੀ ਉਮਰ ਹੋਊਗੀ 60 ਸਾਲ ਤੋਂ ਉੱਪਰ ਆ। ਡੋਰ ਨੇ ਪੈਰ ਪੈਰਾਂ ਦੇ ਦੋਵੇਂ ਪੈਰਾਂ ਦੇ ਸੀ। ਰਸਤੇ ਵਿੱਚੋਂ ਦਵਾਈ ਲੈਂਦੇ ਆਉਂਦੇ ਸੀ, ਰਸਤੇ ਵਿੱਚ ਚਾਈਨਾ ਡੋਰ ਨੇ ਉਹਨਾਂ ਦੇ ਪੈਰ ਕੱਟ ਦਿੱਤੇ, ਤਾਂ ਜਿਸ ਨਾਲ ਬਹੁਤ ਜ਼ਿਆਦਾ ਬਲੱਡ ਆ ਰਿਹਾ। ਕਿਰਪਾ ਕਰਕੇ ਬੇਨਤੀ ਹੈ ਕਿ ਚਾਈਨਾ ਡੋਰ ਨੂੰ ਬੰਦ ਕੀਤਾ ਜਾਵੇ, ਸਖਤੀ ਨਾਲ ਬੰਦ ਕੀਤਾ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਸਕੂਟਰੀ ਤੇ ਜਾ ਰਹੇ ਸੀਗੇ ਤੇ ਸਕੂਟਰੀ ਦੀ ਜਿਹੜੀ ਚਾਈਨਾ ਡੋਰ ਹੁੰਦੀ ਹੈ ਉਹ ਪੈਰ ਤੇ ਫਸ ਗਈ, ਤਾਂ ਉਹਦੇ ਨਾਲ ਉਹਨਾਂ ਦੀ ਜਿਹੜੀ ਪੈਰ ਦੀ ਖੂਨ ਦੀ ਨਾੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਈ, ਕਾਫੀ ਖੂਨ ਵੀ ਨਿਕਲਿਆ ਹੈਗਾ, ਤੇ ਅਸੀਂ ਬਸ ਥੋੜੀ ਦੇਰ ਪਹਿਲਾਂ ਹੀ ਉਹਨਾਂ ਦੇ ਟਾਂਕੇ ਵਗੈਰਾ ਲਾ ਕੇ ਹਟੇ ਆ। ਸਾਡੇ ਵੱਲੋਂ ਜੀ 4 ਦਿਨਾਂ ਤੋਂ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਵੀ ਚਾਈਨਾ ਡੋਰ ਬਿਲਕੁਲ ਨਹੀਂ ਵੇਚਣੀ, ਤੇ ਉਹਨਾਂ ਨੂੰ ਦੱਸਿਆ ਵੀ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਉਹਨਾਂ ਨਾਲ ਅਸੀਂ ਡਰੋਨ ਦੇ ਰਾਹੀਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ, ਸਾਡੇ ਸਿਸਟਮ ਡਰੋਨ ਚੱਲਦੇ ਨੇ ਅੱਜ ਪੂਰੇ ਚਾਰੇ ਪਾਸੇ।
ਤੇ ਖਬਰ ਗੁਰਦਾਸਪੁਰ ਤੋਂ ਜਿੱਥੇ ਇੱਕ ਵਾਰ ਫਿਰ ਰਫ਼ਤਾਰ ਦਾ ਕਹਿਰ ਦੇਖਿਆ ਗਿਆ। ਤੇਜ਼ ਰਫ਼ਤਾਰ ਥਾਰ ਰੋਡਵੇਜ਼ ਦੀ ਬੱਸ ਅਤੇ ਟਿੱਪਰ ਦੀ ਚਪੇਟ 'ਚ ਆ ਗਈ। ਥਾਰ 'ਚ ਸਵਾਰ ਬਾਪ ਬੇਟਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸੜਕ ਦੇ ਕਿਨਾਰੇ ਖਸਤਾ ਹਾਲਤ 'ਚ ਪਈ ਇਸ ਥਾਰ ਨੂੰ ਦੇਖ, ਇਹ ਉਹੀ ਥਾਰ ਹੈ ਜੋ ਰੋਡਵੇਜ਼ ਦੀ ਬੱਸ ਤੇ ਟਿੱਪਰ ਦੀ ਚਪੇਟ 'ਚ ਆ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਥਾਰ ਦੇ ਪਰਖੱਚੇ ਉੱਡ ਗਏ। ਥਾਰ ਸਵਾਰ ਪਿਓ ਪੁੱਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ। ਹਾਦਸੇ ਤੋਂ ਬਾਅਦ ਸੜਕ ਤੇ ਜਾਮ ਲੱਗ ਗਿਆ। ਰਾਹਗੀਰਾਂ ਦੇ ਵੱਲੋਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਸੀਂ ਜਾਣਦੇ ਸੀ ਪੁਰਾਣੇ ਸਾਲੇ ਦਿਹਾੜੀ ਮਜ਼ਦੂਰੀ ਕਰਨ ਜਾਣਦੇ ਸੀ ਅਤੇ ਅਚਾਨਕ ਵੇਖਿਆ ਐਕਸੀਡੈਂਟ ਹੋਇਆ ਸੀ। ਉੱਥੇ ਪਏ ਸੀ ਆਪਣੇ ਦੋ ਥਾਰ ਗੱਡੀ ਸੀ, ਆਪਣੇ ਰੋਡਵੇਜ਼ ਅਤੇ ਇੱਕ ਟਿੱਪਰ ਸੀ, ਉਹਨਾਂ 'ਚ ਵੱਜੇ ਸੀ ਦੋਵੇਂ ਪਿਓ ਪੁੱਤ ਹੀ ਕਹਿੰਦੇ ਆਪਣੇ ਚੱਕ ਸ਼ਰੀਫ ਤੋਂ ਸੀ ਅਤੇ ਕੋਈ ਚੁੱਕੇ ਨਹੀਂ ਖੜਨ ਦਿਆ ਤਾ, ਬੜਿਆਂ ਦੇ ਤਰਲੇ ਮਾਰੇ, ਹਾਰ ਕੇ ਫਿਰ ਅਸੀਂ ਮੋਟਰਸਾਈਕਲ 'ਤੇ ਲਿਆਉਣਾ ਸੀ, ਮੋਟਰਸਾਈਕਲ 'ਤੇ ਵੀ ਨਹੀਂ ਆਉਂਦੇ, ਫਿਰ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ 'ਤੇ ਲੱਦ ਕੇ ਲਿਆਉਂਦਾ ਜੀ ਅਤੇ ਇੱਥੋਂ ਤੱਕ ਪਹੁੰਚਾਇਆ ਜਾਵੇ ਘਰਦਿਆਂ ਨੂੰ ਫੋਨ ਫਾਨ ਮਿਲਾ ਕੇ ਨਾ, ਅਤੇ ਹੁਣ ਇੱਥੋਂ ਵੇਖੋ ਕੀ ਕਰਦੇ ਆ। ਪਰ ਕੋਈ ਉੱਥੇ ਖਲੋਤਾ ਨਹੀਂ, ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਿਲਾਇਆ, ਐਂਬੂਲੈਂਸ ਦਾ ਜਿਵੇਂ ਭਾਅ ਜੀ ਫੋਨ ਲੱਗਾ ਉੱਥੇ। ਭਾਅ ਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ, ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉੱਥੇ। ਇਹ ਘਟਨਾ ਗੁਰਦਾਸਪੁਰ ਮੁਕੇਰੀਆਂ ਰੋਡ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹ ਦਰਦਨਾਕ ਹਾਦਸਾ ਹੋਇਆ ਤਾਂ ਤੇਜ਼ ਰਫ਼ਤਾਰ ਜਾਨਲੇਵਾ ਸਾਬਤ ਹੋ ਰਹੀ ਹੈ। ਸਰਕਾਰ ਦੇ ਵੱਲੋਂ ਵੀ ਹਾਦਸਿਆਂ ਨੂੰ ਰੋਕਣ ਦੇ ਲਈ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ, ਪਰ ਇਸ ਦੇ ਬਾਵਜੂਦ ਵੀ ਹਾਦਸੇ ਰੁਕ ਨਹੀਂ ਰਹੇ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਪੁਲਵਾਮਾ ਅੱਤਵਾਦੀ ਹਮਲੇ ਦੀ 5ਵੀਂ ਬਰਸੀ ਤੇ ਜਿੱਥੇ ਪਰਿਵਾਰ ਦੇ ਹੰਝੂ ਅਜੇ ਵੀ ਨਹੀਂ ਸੁੱਕੇ, ਉੱਥੇ ਸ਼ਹੀਦ ਜੈਮਲ ਸਿੰਘ ਦੇ ਨਾਮ ਤੇ ਯਾਦਗਾਰੀ ਗੇਟ ਬਣਾਉਣ ਦੀ ਮੰਗ ਤੇਜ਼ ਹੋਈ ਹੈ। ਨਾਲ 5 ਸਾਲ ਪਹਿਲਾਂ ਕੀਤੇ ਪੁਰਾਣੇ ਵਾਅਦੇ ਨੂੰ ਵੀ ਯਾਦ ਕਰਵਾਇਆ ਗਿਆ। ਆਪਣੇ ਪੁੱਤ ਦੀ ਤਸਵੀਰ ਨੂੰ ਛਾਤੀ ਨਾਲ ਲਾ ਕੇ ਮਾਂ ਦੀਆਂ ਅੱਖਾਂ ਦੇ ਵਿੱਚ ਲਗਾਤਾਰ ਹੰਝੂ ਵਹਿ ਰਹੇ ਨੇ। ਬਜ਼ੁਰਗ ਮਾਂ ਬਾਪ ਨੂੰ ਛੱਡ ਕੇ 40 ਸਾਲ ਦੇ ਜੈਮਲ ਸਿੰਘ ਦੇਸ਼ ਦੇ ਨਾਂ ਤੇ ਸ਼ਹੀਦ ਹੋ ਗਏ। ਅੱਜ ਤੋਂ ਠੀਕ 5 ਸਾਲ ਪਹਿਲਾਂ 14 ਫਰਵਰੀ 2019 ਨੂੰ ਪੁਲਵਾਮਾ ਅੱਤਵਾਦੀ ਹਮਲੇ ਦੇ ਵਿੱਚ ਜੈਮਲ ਸਿੰਘ ਆਪਣੇ ਦੇਸ਼ ਦੀ ਆਨ ਬਾਨ ਸ਼ਾਨ ਤੇ ਕੁਰਬਾਨ ਹੋ ਗਏ। ਜੈਮਲ ਸਿੰਘ ਸੈਨਾ ਦੇ ਵਿੱਚ ਡਰਾਈਵਰ ਸਨ ਅਤੇ ਜੰਮੂ ਕਸ਼ਮੀਰ ਦੇ ਵਿੱਚ ਤੈਨਾਤ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਨੇ ਕਈ ਵਾਅਦੇ ਕੀਤੇ, ਜਿਸ ਦੇ ਵਿੱਚ ਸ਼ਹੀਦ ਦੀ ਯਾਦ ਦੇ ਵਿੱਚ ਸਟੈਚੂ ਲਵਾਉਣਾ, ਯਾਦਗਾਰ ਗੇਟ ਬਣਵਾਉਣਾ, ਸੜਕ ਅਤੇ ਸਕੂਲ ਦਾ ਨਾਂ ਸ਼ਹੀਦ ਜੈਮਲ ਸਿੰਘ ਦੇ ਨਾਂ ਤੇ ਰੱਖਣਾ ਸ਼ਾਮਿਲ ਹੈ। ਪਰ ਸਕੂਲ ਦੇ ਨਾਮਕਰਨ ਨੂੰ ਛੱਡ ਕੇ ਬਾਕੀ ਕੋਈ ਵਾਅਦਾ ਪੂਰਾ ਨਹੀਂ ਹੋਇਆ, ਇਸ ਤੋਂ ਲੋਕਾਂ ਦੇ ਵਿੱਚ ਨਿਰਾਸ਼ਾ ਹੈ। ਉਹਨਾਂ ਦੇ ਨਾਂ ਸਕੂਲ ਦਾ ਨਾਂ ਹੀ ਬਦਲਿਆ ਜੀ, ਅਜੇ ਹੋਇਆ ਤਾਂ ਕੁਛ ਫਰੀਕ ਹੈ। ਕਿਸੇ ਸਰਕਾਰਾਂ ਜਿਹੜੀਆਂ ਹੋ ਗਈਆਂ ਕਾਂਗਰਸ ਦੀਆਂ, ਉਹਨਾਂ ਗੇਟ ਗੂਟ ਮੰਨੇ ਸੀਗੇ ਤੇ ਬੁੱਤ ਵੀ ਮੰਨਿਆ, ਪਰ ਹੋਇਆ ਕੁਛ ਨੀ ਗਾ। ਹੋਰ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਇਹਦੇ ਬਾਰੇ, ਜਿੰਨਾ ਕੁ ਮੈਨੂੰ ਪਤਾ ਜਾਣੀ ਕਿ ਸਕੂਲ ਇੱਕ ਹੈਗਾ ਉਹਦੇ ਨਾਂ ਤੇ, ਹੋਰ ਨੀ ਕੋਈ ਜ਼ਿਆਦਾ ਬਣਨਾ ਚਾਹੀਦਾ ਬਿਲਕੁਲ ਜੀ। ਗਲੋਟੀ ਨਾਂ ਤੇ ਜੈਵਲ ਸਿੰਘ ਦੇ ਨਾਂ ਤੇ ਬਣਨਾ ਚਾਹੀਦਾ। ਜਦੋਂ ਜਦੋਂ ਪੁਲਵਾਮਾ ਆਤੰਕੀ ਹਮਲੇ ਦੀ ਬਰਸੀ ਹੁੰਦੀ ਹੈ, ਉਸ ਵੇਲੇ ਨੇਤਾ ਪਿੰਡ ਦੇ ਵਿੱਚ ਆਉਂਦੇ ਨੇ ਤੇ ਵਾਅਦੇ ਕਰਕੇ ਚਲੇ ਜਾਂਦੇ ਨੇ, ਪਰ ਵਾਅਦਾ ਪੂਰਾ ਕਰਨ ਦੀ ਵਾਰੀ ਆਉਂਦੀ ਹੈ ਤਾਂ ਸਭ ਭੁਲਾ ਦਿੱਤਾ ਜਾਂਦਾ ਹੈ। ਗੇਟ ਹੀ ਰਹਿ ਗਿਆ ਬੰਦ ਨਾ, ਸੜਕ
ਸੜਕ ਵੀ ਬਣਾ ਕੇ ਸੜਕ ਵੀ ਬਣਾ ਹੋ ਗਿਆ ਗੁਰਪੀ ਵਾਲੇ ਉਹਦੇ ਨਾਲ ਹੁਣ ਬੜੇ ਵਿੱਚ ਤਾਂ ਤੁਹਾਨੂੰ ਪਤਾ ਹੀ ਮਾਪਿਆਂ ਨੂੰ ਪੁੱਤਾਂ ਦਾ ਜ਼ਰੂਰ ਸਹਾਰਾ ਚਾਹੀਦਾ ਹੁਣ ਸਾਡੇ ਤੋਂ ਨਹੀਂ ਹੁੰਦਾ ਮੈਂ ਸ਼ਹੀਦ ਜੈਮਲ ਸਿੰਘ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਤੇ ਆਸਵੰਦ ਹੈ ਕਿ ਕਦੋਂ ਸਰਕਾਰਾਂ ਦੇ ਕੀਤੇ ਹੋਏ ਵਾਅਦੇ ਪੂਰੇ ਹੋਣਗੇ ਮੋਗਾ ਤੋਂ ਦੀਪਕ ਸਿੰਗਲਾ ਨਿਊਜ਼ 18 ਪੰਜਾਬ